ਅਕਾਲੀ ਦਲ ਤਾਂ ਕਹਿੰਦੇ ਹੇਡਰ ਸਮਝੌਤਾ ਅੰਦਰ ਖਾਤਾ। ਭਗਵੰਤ ਤਾਂ ਧੂਰੀ ਦਾ ਫਾਟਕ ਦਾ ਪੁੱਲ ਨਹੀਂ ਬਣਾ ਸਕਿਆ ਯਾਰ, ਜਿਹੜਾ ਸ਼ਹਿਰ ਨੂੰ ਇੱਦਾਂ ਰੇਲਵੇ ਲਾਈਨ ਵੰਡ ਦਿੰਦੀ, ਉਹ ਕਹਿੰਦੇ ਜੀ ਸਾਨੂੰ ਇੱਕ ਰੇਲ ਓਵਰ ਬ੍ਰਿਜ ਬਣਾ ਦਿਓ। ਕਹਿੰਦੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਹਮਾਇਤ ਲਈ ਮਨੀਸ਼ ਤਿਵਾੜੀ ਦੇ ਲਈ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰਤੀ ਵਾਲੇ, ਉਹ ਇੰਸੂਲਿਨ ਦੀਆਂ ਸ਼ੀਸ਼ੀਆਂ ਚੱਕ ਕੇ ਬਾਹਰ ਜੇਲ੍ਹ ਦੇ ਪ੍ਰਦਰਸ਼ਨ ਕੀਤਾ। ਕੋਈ ਪਾਰਟੀ ਕਰਦੀ ਹੁੰਦੀ ਆ, ਉਹਨੂੰ ਜਦੋਂ ਪੁੱਛਿਆ ਕਿ ਤੁਸੀਂ ਇਹਨਾਂ ਸ਼ੂਗਰ ਕਿਉਂ ਵੱਧ ਰਹੀ, ਕਹਿੰਦਾ ਜੀ ਅੰਬ ਬੜੇ ਚੂਬਦਾ ਹੈ, ਇਹ ਅੰਦਰ ਪੂੜੀਆਂ ਖਾਂਦਾ ਵਾ, ਰਸਗੁੱਲੇ ਖਾਂਦਾ, ਇਹਨੂੰ ਕਿੱਦਾਂ ਇਹਦੀ ਸ਼ੂਗਰ ਤਾਂ ਵਧਣੀ ਵਧਣੀ ਹੈ। ਤੁਹਾਡੇ ਤਾਂ ਲੋਕ ਵਿਸ਼ਵਾਸ ਕਿਵੇਂ ਕਰਨਗੇ ਸੰਗਰੂਰ ਵਾਲੇ? ਤੁਸੀਂ ਪਿਛਲੀ ਵਾਰ ਬਠਿੰਡਾ ਤੋਂ ਇਲੈਕਸ਼ਨ ਲੜੇ, ਉੱਥੇ ਵੀ ਇਸ ਤਰੀਕੇ ਨਾਲ ਆ ਗਏ, ਹੁਣ ਤੁਹਾਡੇ 'ਤੇ ਸੰਗਰੂਰ ਦੇ ਲੋਕ ਕਿਵੇਂ ਵਿਸ਼ਵਾਸ ਕਰਨਗੇ? ਸਾਨੂੰ ਅੱਜ ਬਿਆਨ ਆ ਗਿਆ, ਉਹ ਕਹਿੰਦੇ ਉਹ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਆਜ਼ਾਦ, ਤੁਸੀਂ ਜਾਓਗੇ? ਤੁਸੀਂ ਲੋਕਰਾਏ ਟੀ ਵੀ ਦੇਖ ਰਹੇ ਹੋ, ਮੈਂ ਹਾਂ ਪਰਮਿੰਦਰ ਸਿੰਘ। ਲੋਕ ਸਭਾ ਚੋਣਾਂ ਬਿਲਕੁਲ ਤਿਆਰੀਆਂ ਨਾਲ ਚੱਲ ਰਹੀਆਂ ਨੇ। ਇਸ ਵਕਤ ਸੰਗਰੂਰ ਦੇ ਵਿੱਚ ਮੌਜੂਦ ਹਾਂ ਸੁਖਪਾਲ ਸਿੰਘ ਖਹਿਰਾ, ਕਾਂਗਰਸ ਦੇ ਉਮੀਦਵਾਰ ਨੇ, ਗੱਲਬਾਤ ਕਰਦੇ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂਜੀ, ਬਹੁਤ ਸ਼ੁਕਰੀਆ, ਬਿਲਕੁਲ ਚੜ੍ਹਦੀ ਕਲਾ ਜੀ। ਥੱਕ ਤਾਂ ਨਹੀਂ ਆਉਂਦੇ? ਐਨਰਜੀ ਤਾਂ ਡਾਊਨ ਹੁੰਦੀ, ਪਰ ਜਦੋਂ ਫਿਰ ਲੋਕਾਂ ਦਾ ਪਿਆਰ ਮਿਲਦਾ ਵਾ, ਜਦੋਂ ਬਜ਼ੁਰਗ ਤੁਹਾਡੇ ਸਿਰ 'ਤੇ ਹੱਥ ਰੱਖਦੇ ਨੇ, ਨੌਜਵਾਨ ਬੱਚੇ ਫੋਟੋਆਂ ਖਿਚਾਉਂਦੇ ਨੇ, ਇੱਥੋਂ ਐਂ ਮਹਿਸੂਸ ਹੁੰਦਾ ਕਿ ਮੇਰੀ ਪਹਿਚਾਣ, ਮੇਰੀ ਗੱਲ ਜਿਹੜੀ ਉਹ ਲੋਕਾਂ ਦੇ ਘਰ ਦਿਲਾਂ ਤੱਕ ਪਹੁੰਚੀ ਹੋਈ ਹੈ। ਪਿੰਡਾਂ ਦੇ ਨਾਮ ਯਾਦ ਹੋ ਗਏ ਕਿ ਹਜੇ ਹੋਏ ਨਹੀਂ? ਉਹ ਤਾਂ ਐਵੇਂ ਕੀ ਟ੍ਰਿਕਰੀ ਆ ਪੋਲੀਟਿਕਸ ਦੀ, ਐਵੇਂ ਟਿੱਚਰਬਾਜ਼ੀ ਦੀ, ਮੈਂ ਇਹਦੇ 'ਚ ਯਕੀਨ ਨਹੀਂ ਰੱਖਦਾ। ਮੈਂ ਮੁੱਦਿਆਂ ਦੀ ਲੜਾਈ ਵਿੱਚ ਯਕੀਨ ਹਾਂ। ਮੈਂ ਅਮੀਤ ਨੂੰ ਪੁੱਛਦਾ, ਜੇ ਤੇਰੀ ਜਗ੍ਹਾ ਮੈਂ ਹੁੰਦਾ ਅਤੇ ਮੇਰਾ ਮਹਿਕਮਾ ਖੋਲ ਲੈਂਦਾ ਮੁੱਖ ਮੰਤਰੀ ਬਿਨਾਂ ਕਾਰਨ ਦੱਸੇ, ਐਜੂਕੇਸ਼ਨ ਡਿਪਾਰਟਮੈਂਟ ਅਤੇ ਪਤਾ ਨਹੀਂ ਮਾਈਨਿੰਗ ਖੋਇਆ ਅਤੇ ਕਿੱਦਾਂ ਹੋਰ ਵੀ ਖੋਇਆ, ਮੈਂ ਭੁਆ ਕੇ ਮਾਰਦਾ ਅਸਤੀਫਾ ਇਹੋ ਜਿਹਾ। ਇਹੋ ਜੀ ਜਿਹੜੀ ਝੰਡੀ ਦੇ ਪੱਲੇ ਕੱਖ ਨਹੀਂ ਗਾ, ਉਹ ਤਾਂ ਝੰਡੀ ਆ, ਉਹ ਲਾ ਕੇ ਕੀ ਕਰਨੀ ਆ? ਆਹ ਕੁਲਦੀਪ ਧਾਲੀਵਾਲ, ਉਹ ਅੱਜ ਕੀ ਮਿਨਿਸਟਰ, ਉਹਦੇ ਟੇਬਲ 'ਤੇ ਫਾਈਲ ਹੀ ਕੋਈ ਨਹੀਂ ਆਉਂਦੀ। ਮੀਤ ਦੇ ਵੀ ਟਾਵੀਂ ਟੱਲੀ ਫਾਈਲ ਆਉਂਦੀ ਆ ਸਪੋਰਟਸ ਮਿਨਿਸਟਰ ਦੀ, ਇਹਨਾਂ ਦੀ ਯਾਰ ਕੋਈ ਜ਼ਮੀਰ ਹੀ ਹੈ ਨਹੀਂ ਗੀ। ਅੱਛਾ ਇਹ ਮੈਨੂੰ ਦੱਸੋ, ਕਦੀ ਕਿਸੇ ਇੰਪੋਰਟੈਂਟ ਇਸ਼ੂ 'ਤੇ ਮੀਤ ਹੇਅਰ ਦਾ ਬਿਆਨ ਸੁਣਿਆ? ਮਿਨਿਸਟਰ ਆਫਟਰ ਆਲ, ਕੈਬਨਿਟ ਮਿਨਿਸਟਰ, ਇੰਨਾ ਕੁਛ ਪੰਜਾਬ ਦੇ ਵਿੱਚ ਹੋਇਆ, ਕਿਸਾਨ ਕੁੱਟੇ ਗਏ ਬਾਰਡਰਾਂ 'ਤੇ, ਟਰੈਕਟਰ ਭੰਨ ਦਿੱਤੇ, ਪ੍ਰੀਤਪਾਲ ਬੋਰੀ 'ਚ ਪਾ ਕੇ ਚੱਕ ਕੇ ਲੈ ਗਏ ਹਰਿਆਣੇ ਵਾਲੇ, ਨੋ ਸਟੇਟਮੈਂਟ। ਸ਼ੁਭਕਰਨ ਮਾਰਤਾ, ਨੋ ਸਟੇਟਮੈਂਟ। ਸਿੱਧੂ ਮੂਸੇਵਾਲੇ ਦੇ ਕਤਲ ਹੋ ਗਿਆ, ਨੋ ਸਟੇਟਮੈਂਟ। ਉਲਟਾ ਉਹਦੇ ਜਿਹੜੇ ਕਾਤਲ ਆ, ਸ਼ੱਕੀ ਨੇ, ਜਿਨ੍ਹਾਂ ਦੀਆਂ ਚਲਾਨਾਂ ਦੇ ਵਿੱਚ ਨਾਮ ਨੇ, ਉਹ ਇਹਨਾਂ ਨੇ ਪ੍ਰਚਾਰ ਕਰ ਰਹੇ ਨੇ, ਬੱਚੇ ਮੁੰਡੇ ਜਿਹੜੇ ਨੇ ਨੌਜਵਾਨ, ਜਿਨ੍ਹਾਂ ਦੀਆਂ LOC ਖੁੱਲੀਆਂ ਹੋਈਆਂ ਏਅਰਪੋਰਟ ਦੇ ਉੱਤੇ। ਮਤਲਬ ਕੋਈ ਮਾੜੀ ਮੋਟੀ ਕੋਈ ਸੰਗ ਸ਼ਰਮ, ਕੋਈ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵਿਧਾਨ ਸਭਾ 'ਚ ਭੇਜਿਆ ਵਾ, ਗੱਡੀਆਂ ਝੁੱਟਣ ਵਾਸਤੇ ਥੋੜ੍ਹੋ ਭੇਜਿਆ ਵਾ? ਡਰੱਗਸ ਦਾ ਬਿਆਨ ਪੁੱਛਿਆ ਉਹਨੂੰ, ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਤੁਸੀਂ ਨਸ਼ੇ ਨਹੀਂ ਖਤਮ ਕਰ ਸਕੇ, ਚਿੱਟੇ ਦੇ ਨਾਲ ਬੱਚੇ ਮਰ ਰਹੇ। ਕਹਿੰਦਾ ਜਿੱਥੇ ਡਿਮਾਂਡ ਹੋਊਗੀ ਉੱਥੇ ਸਪਲਾਈ ਤਾਂ ਹੋਊਗੀ ਹੋਊਗੀ। ਇਹ ਪੰਜਾਬ ਸਰਕਾਰ ਬੋਲ ਰਹੀ ਆ, ਇਹਦਾ ਮਤਲਬ ਇਹਨਾਂ ਹੱਥ ਖੜੇ ਕਰਦੇ ਕਿ ਸਾਡੇ ਪੱਲੇ ਕੁਛ ਨਹੀਂ ਗਾ, ਇਹ ਡਿਮਾਂਡ ਹੈਗੀ ਆ ਅਤੇ ਸਪਲਾਈ ਵੀ ਹੋ ਰਹੀ ਆ। ਮੈਂ ਪਿਛਲੇ ਦਿਨ ਮੀਤ ਹੇਅਰ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕਹਿੰਦੇ 43,000 ਨੌਕਰੀਆਂ ਪੰਜਾਬ ਦੇ ਵੱਖ ਵੱਖ ਮੁੱਦਿਆਂ ਦੇ ਕੰਮ ਕਰਤੇ ਜੋ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ 'ਚ ਨਹੀਂ ਕਰ ਸਕੀਆਂ। ਉਹਨੇ ਕਾਂਗਰਸ ਨੂੰ ਇਸ ਤਰ੍ਹਾਂ ਕਹਿਤਾ ਕਿ 5 ਸਾਲ ਕਾਂਗਰਸ ਸੀ, ਉਹਨਾਂ ਨੇ ਵੀ ਕੀ ਕੁਛ ਨਹੀਂ ਕਰ ਸਕਿਆ ਜਿਹੜਾ ਅਸੀਂ ਕੁਝ ਮਹੀਨਿਆਂ 'ਚ ਹੀ ਕਰਤਾ? ਨਹੀਂ, ਪਹਿਲਾਂ ਮੈਨੂੰ ਦੱਸੋ, ਸੰਗਰੂਰ ਇਹਨਾਂ ਦਾ ਹੈੱਡਕੁਆਟਰ ਹੈ ਨਾ ਕਹਿੰਦੇ, ਅਤੇ ਚੀਫ ਮਿਨਿਸਟਰ ਸੰਗਰੂਰ ਦਾ ਨਾ, ਇਹ ਮੈਨੂੰ ਦੱਸਣ ਕਿ ਕੋਈ ਵਿਲੱਖਣ ਪ੍ਰਾਪਤੀ ਹੈ, ਕੋਈ 5 ਪ੍ਰੋਜੈਕਟ ਗਿਣਾ ਦੇਣ ਚੰਗੇ। 2 ਸਾਲ ਹੋ ਗਏ ਨੇ, ਭਗਵੰਤ ਤਾਂ ਧੂਰੀ ਦਾ ਫਾਟਕ ਦਾ ਪੁੱਲ ਨਹੀਂ ਬਣਾ ਸਕਿਆ ਯਾਰ, ਜਿਹੜਾ ਸ਼ਹਿਰ ਨੂੰ ਇੱਦਾਂ ਰੇਲਵੇ ਲਾਈਨ ਵੰਡ ਦਿੰਦੀ, ਉਹ ਕਹਿੰਦੇ ਜੀ ਸਾਨੂੰ ਇੱਕ ਰੇਲ ਓਵਰ ਬ੍ਰਿਜ ਬਣਾ ਦਿਓ। ਪ੍ਰੋਪੋਜ਼ਲ ਵੀ ਗਈ ਹੋਈ ਆ, ਨਹੀਂ ਬਣਾ ਸਕਿਆ। ਧੂਰੀ ਦੀ ਸ਼ੂਗਰ ਮਿੱਲ ਬੰਦ ਹੋ ਗਈ ਆ, ਸਾਡੇ ਵਿਜਿੰਦਰ ਸਿੰਗਲੇ ਨੇ, ਉਹ ਮਿਨਿਸਟਰ ਸੀ, ਉਹ ਕੋਈ ਚੀਫ ਮਿਨਿਸਟਰ ਨਹੀਂ ਸੀਗਾ, ਉਹਨੇ PGI ਸੈਟੇਲਾਈਟ ਹੋਸਪਿਟਲ ਲੈ ਕੇ ਆਏ ਸੰਗਰੂਰ 'ਚ, ਟਾਟਾ ਦਾ ਕੈਂਸਰ ਹੋਸਪਿਟਲ ਲੈ ਕੇ ਆਏ। ਇਹ ਦੱਸਣ ਇਹਨਾਂ ਨੇ ਕੀ ਕੀਤਾ? 43,000 ਨੌਕਰੀ ਅਗਰ ਕਹਿੰਦੇ ਨੇ, ਪਹਿਲੀ ਗੱਲ ਤਾਂ ਕਦੀ 28 ਕਹਿ ਦਿੰਦੇ ਨੇ, ਕਦੀ 32 ਕਹਿ ਦਿੰਦੇ ਨੇ, ਕਦੀ 35 ਕਹਿ ਦਿੰਦੇ ਨੇ, ਬਟ ਟਰਾਈ ਟੂ ਅੰਡਰਸਟੈਂਡ ਕੀ ਇਹਦੇ ਨਾਲ ਬੇਰੁਜ਼ਗਾਰੀ ਖਤਮ ਹੋ ਗਈ ਹੈ, ਕਿ ਵਿਦੇਸ਼ਾਂ 'ਚ ਜਾਣੇ ਬੱਚੇ ਰੁਕ ਗਏ ਨੇ? ਕਿਉਂਕਿ ਮੇਰਾ ਮੰਨਣਾ ਕਿ 3 ਕਰੋੜ ਆਬਾਦੀ 'ਚੋਂ ਇਸ ਵਕਤ ਜਦੋਂ ਆਪਾਂ ਗੱਲ ਕਰ ਰਹੇ ਹਾਂ, ਘੱਟੋ ਘੱਟ 20 ਲੱਖ ਬੱਚਾ ਬੇਰੁਜ਼ਗਾਰ ਘੁੰਮ ਰਿਹਾ ਵਾ, ਜਿਹੜੇ
ਦਸਵੀਂ ਬਾਰਵੀਂ ਗ੍ਰੈਜੂਏਟ ਪੋਸਟ ਗ੍ਰੈਜੂਏਟ ਤੁਸੀਂ ਕਹਿੰਦੇ ਚਲੋ ਮੰਨੋ ਜੀ 40,000 ਨੂੰ ਨੌਕਰੀ ਦਿੱਤੀ, ਬਾਕੀ 19,60,000 ਕਿੱਥੇ ਜਾਊਗਾ? ਉਹਨਾਂ 'ਤੇ ਦਰਦ ਨਹੀਂ ਹੈ? ਔਰ ਇਹਨਾਂ ਦਾ ਜਿਹੜਾ ਮਿਨਿਸਟਰ ਹੈਗਾ ਵਾ ਆਪਣਾ ਜਿਹੜਾ ਅਮਨ ਅਰੋੜਾ, ਉਹ ਜਦੋਂ ਬੱਚੇ ਮਰੇ ਸ਼ਰਾਬ ਪੀ ਕੇ, ਦਲਿਤਾਂ ਦੇ ਪਰਿਵਾਰ ਦੇ ਜ਼ਹਿਰੀਲੀ ਸ਼ਰਾਬ, ਕਹਿੰਦਾ ਜੀ ਇਹਨਾਂ ਨੇ ਕਿਹੜਾ ਸਰਕਾਰੀ ਮਨਜ਼ੂਰ ਸ਼ੇ ਦੇ ਠੇਕੇ ਤੋਂ ਲਿਆ, ਕਿੱਦਾਂ ਦੇ ਬਿਆਨ ਦਿੰਦੇ ਨੇ? ਇਹਦਾ ਮਤਲਬ ਜਿਹੜੇ ਸਾਡੇ ਬੱਚੇ ਚਿੱਟੇ ਦੇ ਕਰਕੇ ਸਿੰਥੈਟਿਕ ਨਸ਼ਿਆਂ ਕਰਕੇ ਜ਼ਹਿਰ ਕਰਕੇ ਮਰ ਰਹੇ ਨੇ, ਉਹ ਲਵਾਰਸ ਨੇ, ਉਹਨਾਂ ਦਾ ਕੋਈ ਵਾਰਸ ਨਹੀਂ ਪੰਜਾਬ ਦੇ ਵਿੱਚ। ਇਸ ਕਰਕੇ ਇਹ ਤਾਂ ਇੱਕ ਨਲੇਕਾਂ ਦੀ ਸਰਕਾਰ ਬਣ ਗਈ ਆ। ਤੁਸੀਂ ਹਮੇਸ਼ਾ ਸਿੱਧੂ ਮੂਸੇਵਾਲ ਦੀ ਗੱਲ ਕੀਤੀ ਕਿ ਸਿੱਧੂ ਮੂਸੇਵਾਲ ਦੇ ਉਹਨੂੰ ਇਨਸਾਫ ਨਹੀਂ ਮਿਲਿਆ, ਉਹਦੇ ਫਾਦਰ ਸਾਹਿਬ ਕਹਿ ਰਹੇ ਕਿ ਆਜ਼ਾਦ ਚੋਣ ਲੜ ਰਹੇ ਨੇ ਬਠਿੰਡੇ ਤੋਂ, ਕੀ ਲੱਗਦਾ ਫਿਰ ਤੁਹਾਨੂੰ ਸਪੋਰਟ ਕਰੋਗੇ? ਨਹੀਂ, ਮੇਰਾ ਨਹੀਂ ਖਿਆਲ ਲੜਨਗੇ, ਬਿਕੋਜ਼ ਮੈਂ ਤਾਂ ਉਹਨਾਂ ਕੋਲ ਬਹਿ ਕੇ ਆਇਆ, ਉਹਨਾਂ ਨੇ ਕਿਹਾ ਕਿ ਮੈਂ ਇਲੈਕਸ਼ਨ ਲੜਨਾ ਨਹੀਂ ਗਾ, ਮੇਰੇ ਸਿਹਤ ਨਹੀਂ ਠੀਕ, PGI ਜਾ ਕੇ ਆਇਆ, ਮੇਰੇ ਬੱਚਾ ਛੋਟਾ ਵਾ। ਹੁਣ ਜੇ ਕੋਈ ਇੱਦਾਂ ਦਾ ਫੈਸਲਾ ਹੋਊਗਾ ਫਿਰ ਉਸ ਵੇਲੇ ਜਦੋਂ ਹੋਊਗਾ ਫਿਰ ਦੇਖਾਂਗੇ, ਪਹਿਲਾਂ ਮੈਂ ਕੀ ਫੈਲਾ ਸਕਦਾ, ਮੇਰੀ ਹਮਦਰਦੀ ਉਹਨਾਂ ਦੇ ਨਾਲ ਆ। ਅੰਮ੍ਰਿਤਪਾਲ ਨੂੰ ਅੱਜ ਬਿਆਨ ਆ ਗਿਆ, ਉਹ ਕਹਿੰਦੇ ਉਹ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਆਜ਼ਾਦ, ਅਤੇ ਕੋਈ ਨਹੀਂ ਉਹਨਾਂ ਦੇ ਨਾਲ ਅਨਿਆਇ ਹੋਇਆ ਵਾ, ਇਨਜਸਟਿਸ ਹੋਇਆ, ਦੇ ਹੈਵ ਐਵਰੀ ਰਾਈਟ ਟੂ ਕੰਟੈਸਟ। ਜੇ ਆਪਾਂ ਨਾਲੇ ਕਹਿੰਦੇ ਡੈਮੋਕ੍ਰੇਸੀ ਆ, ਅਸੀਂ ਕਿਸੇ ਨੂੰ ਰੋਕ ਥੋੜ੍ਹੋ ਸਕਦੇ ਹੈਗੇ ਹਾਂ। ਅਗਰ ਉਹਦੇ ਨਾਲ ਇਨਜਸਟਿਸ ਹੋਇਆ ਵਾ, ਇਹ ਉੱਥੋਂ ਦੇ ਵੋਟਰ ਨੇ ਦੇਖਣਾ ਵਾ ਕਿ ਕੀ ਇਸ ਬੰਦੇ ਨਾਲ ਬੇਇਨਸਾਫੀ ਦਾ ਅਸੀਂ ਜਵਾਬ ਕੀ ਦੇਣਾ ਹੈ। ਸੋ ਇਸ ਕਰਕੇ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਨਾ। ਕੀ ਲੱਗਦਾ ਤੁਹਾਨੂੰ, ਤੁਸੀਂ ਜਾਓਗੇ? ਮੈਂ ਇੱਕ ਡਿਸਿਪਲਿਨ ਪਾਰਟੀ ਦਾ ਪਾਬੰਦ ਹੈ ਨਾ, ਇਹ ਤਾਂ ਉਹਨਾਂ ਨੂੰ ਵੀ ਪਤਾ ਵਾ, ਉਸ ਪਰਿਵਾਰ ਨੂੰ ਸਾਰੀ ਗੱਲ ਮੇਰੀ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਸਮਝਦੇ ਨੇ। ਇਸ ਕਰਕੇ ਹੁਣ ਮੈਂ ਤਾਂ ਇਲੈਕਸ਼ਨ ਵਿੱਚ ਅਨਾਊਂਸ ਹੋ ਕੇ ਕੈਂਡੀਡੇਟ ਲੜ ਰਿਹਾ ਇਸ ਸੀਟ ਤੋਂ। ਇੰਨਾ ਤਾਂ ਨਹੀਂ ਮੈਂ ਮਤਲਬ ਤੁਸੀਂ ਮੈਨੂੰ ਸਮਝਦੇ ਕਿ ਮੈਂ ਉੱਥੇ ਜਾ ਕੇ ਕਿਸੇ ਦੂਸਰੇ ਕੈਂਡੀਡੇਟਾਂ 'ਤੇ ਉੱਥੇ ਸਪੋਰਟ ਕਰੂੰਗਾ। ਮੇਰੀ ਹਮਦਰਦੀ, ਮੇਰੀ ਉਹਨਾਂ ਦੇ ਨਾਲ ਸਾਰੇ ਪਰਿਵਾਰਾਂ ਨਾਲ, ਇਕੱਲੇ ਇੱਕ ਇਹ ਦੋ ਨਹੀਂ, ਜਿਨ੍ਹਾਂ ਨਾਲ ਵੀ ਬੇਇਨਸਾਫੀ ਹੋਈ ਆ ਉਹਨਾਂ ਨੂੰ ਪਤਾ ਕਿ ਖੈਰੇ ਦੇ ਜਜ਼ਬਾਤ ਸਾਡੇ ਨਾਲ ਨੇ। ਖੈਰਾ ਸਾਹਿਬ, ਤੁਹਾਡੇ ਤੋਂ ਲੋਕ ਵਿਸ਼ਵਾਸ ਕਿਵੇਂ ਕਰਨਗੇ ਸੰਗਰੂਰ ਵਾਲੇ? ਤੁਸੀਂ ਪਿਛਲੀ ਵਾਰ ਬਠਿੰਡਾ ਤੋਂ ਇਲੈਕਸ਼ਨ ਲੜੇ, ਉੱਥੇ ਵੀ ਇਸ ਤਰੀਕੇ ਨਾਲ ਆ ਗਏ, ਹੁਣ ਤੁਹਾਡੇ 'ਤੇ ਸੰਗਰੂਰ ਦੇ ਲੋਕ ਕਿਵੇਂ ਵਿਸ਼ਵਾਸ ਕਰਨਗੇ? ਇਹ ਤਾਂ ਹੁਣ ਪਾਰਟੀ ਸਾਡੀ ਹਾਈਕਮਾਂਡ ਨੇ ਟਿਕਟ ਮੈਨੂੰ ਦਿੱਤੀ ਜਦੋਂ ਮੈਂ ਮੰਗੀ ਨਹੀਂ ਗਈ। ਮੇਰੇ 'ਤੇ ਕੁਛ ਵਿਸ਼ਵਾਸ, ਕਾਂਗਰਸ ਹਾਈਕਮਾਂਡ ਨੂੰ, ਜਿਹੜੀ ਨੈਸ਼ਨਲ ਪਾਰਟੀ, ਕੁਛ ਤਾਂ ਵਿਸ਼ਵਾਸ ਹੋਇਆ ਹੋਊਗਾ। ਔਰ ਸੰਗਰੂਰ ਦੇ ਵਿੱਚ ਮੇਰਾ ਜਿਹੜਾ ਕੈਂਪੇਨ ਆ, ਇਟ ਹੈਜ਼ ਟੇਕਨ ਆਫ ਟ੍ਰਮੈਂਡਸਲੀ। ਉਹਨਾਂ ਨੂੰ ਨਜ਼ਰ ਆ ਰਿਹਾ ਕਿ ਇਹ ਬੰਦਾ ਬਿਲਕੁਲ ਜੋ ਕਹੂਗਾ ਕਰਕੇ ਦਿਖਾਊਗਾ, ਇਹ ਸਾਡੀ ਆਵਾਜ਼ ਪਾਰਲੀਮੈਂਟ ਤੱਕ ਪਹੁੰਚਾਊਗਾ, ਇਹ ਡਰੂਗਾ ਨਹੀਂ। ਜੋ ਇਹਦੇ ਨਾਲ ਹੋਏ ਭਗਵੰਤ ਨੇ ਕੀਤਾ ਬਦਲਾਖੋਰੀ, ਇਹ ਉਦੋਂ ਨਹੀਂ ਘਬਰਾਇਆ, ਇਹਨੇ ਜੇਲ੍ਹ ਕੱਟੀ ਆ। ਹੁਣ ਇਹਨਾਂ ਦਾ ਕੇਜਰੀਵਾਲ ਰੋ ਰੋ ਕੇ ਕੱਟ ਰਿਹਾ, ਮੈਂ ਤਾਂ ਬੰਦਿਆਂ ਵਾਂਗੂ ਕੱਟੀ ਨਾ, ਮੇਰੇ 'ਤੇ ਕੈਮਰੇ ਵੀ ਲਾਏ ਸੀ ਇਹਨਾਂ ਨੇ, CCTV ਇਹਨਾਂ ਦਾ, ਤਾਂ ਜੇਲ੍ਹ ਵੀ ਉਹਨਾਂ ਦੀ ਆਪਣੀ ਆ। ਹੁਣ ਕਹਿੰਦੇ ਜੀ ਕੇਜਰੀਵਾਲ ਦਾ ਵਜ਼ਨ ਕਮ ਹੋ ਗਿਆ 4.5 ਕਿਲੋ, ਉਸਕੀ ਸ਼ੂਗਰ ਵੱਧ ਗਈ ਹੈ। ਜਦੋਂ ਜ਼ਿਆਦਾ ਰੌਲਾ ਪਾਇਆ ਤਾਂ ED ਨੂੰ ਪੁੱਛਿਆ ਕੋਰਟ ਨੇ ਕਿ ਇਹਦੀ ਸ਼ੂਗਰ ਕਿਉਂ ਵੱਧਦੀ ਆ ਤੁਸੀਂ? ਇੱਕ ਤੁਹਾਨੂੰ ਯਾਦ ਹੋਣਾ ਕਿ ਆ ਜਿਹੜੇ ਪੋਕਰ ਪਾਰਟੀ ਦੇ ਦਿੱਲੀ ਵਾਲੇ, ਉਹ ਇਨਸੁਲਿਨ ਦੀਆਂ ਸ਼ੀਸ਼ੀਆਂ ਚੱਕ ਕੇ ਬਾਹਰ ਜੇਲ੍ਹ ਦੇ ਪ੍ਰਦਰਸ਼ਨ ਕੀਤਾ, ਕੋਈ ਪਾਰਟੀ ਕਰਦੀ ਹੁੰਦੀ ਆ। ਉਹਨੂੰ ਜਦੋਂ ਪੁੱਛਿਆ ਕਿ ਤੁਸੀਂ ਇਹਨਾਂ ਸ਼ੂਗਰ ਕਿਉਂ ਵੱਧ ਰਹੀ, ਕਹਿੰਦਾ ਜੀ ਅੰਬ ਬੜੇ ਚੂਬਦਾ ਹੈ, ਇਹ ਅੰਦਰ ਪੂੜੀਆਂ ਖਾਂਦਾ ਵਾ, ਰਸਗੁੱਲੇ ਖਾਂਦਾ, ਇਹਨੂੰ ਕਿੱਦਾਂ ਇਹਦੀ ਸ਼ੂਗਰ ਤਾਂ ਵਧਣੀ ਵਧਣੀ ਇਸ ਆਦਮੀ ਦੀ ਯਾਰ। ਸੋ ਇਸ ਕਰਕੇ ਬਨੌਟੀ ਬੰਦੇ ਸੀਗੇ, ਫਰਜ਼ੀ ਇਨਕਲਾਬ ਸੀਗਾ, ਇਹਨਾਂ ਨੇ ਇਨਕਲਾਬ ਦਾ ਜਲੂਸ ਕੱਢਿਆ ਵਾ। ਖਹਿਰਾ ਸਾਹਿਬ, ਇਹ ਵੀ ਕਹੀ ਜਾਂਦੇ ਨੇ ਤੁਹਾਨੂੰ ਕਿ ਸਿਆਸਤ ਦੇ ਵਿੱਚ ਐਤਕੀ ਖਹਿਰਾ ਸਾਹਿਬ ਦੀ ਸੰਗਰੂਰ ਤੋਂ ਬਲੀ ਬਣਾ ਦਿੱਤੀ। ਚਲੋ ਇਹ ਤਾਂ ਹੁਣ ਨਤੀਜਾ ਦੱਸੇਗਾ ਨਾ, ਬਲੀ ਕਿਹਦੀ ਆਉਂਦੀ ਆ, ਕੌਣ ਜਿੱਤਦਾ ਵਾ। ਮੈਂ ਤਾਂ ਕਿਹਾ ਭਗਵੰਤ ਨੂੰ ਆਪ ਲੜਨਾ ਫਿਰ, ਅਸਲ ਲੜਾਈ ਤਾਂ ਮੇਰੀ ਹੁਣ ਵੀ ਭਗਵੰਤ ਦੇ ਨਿਜ਼ਾਮ ਅਤੇ ਇਸਟੈਬਲਿਸ਼ਮੈਂਟ। ਅਕਾਲੀ ਦਲ ਤਾਂ ਕਹਿੰਦੇ ਹੇਡਰ ਸਮਝੌਤਾ ਅੰਦਰ ਖਾਤੇ। ਕਿਹੜਾ ਸਮਝੌਤਾ? ਜੇ ਉਹਨਾਂ ਨੂੰ ਅਕਾਲੀਆਂ ਨੂੰ ਕਹੋ ਮੈਂ ਉਹਨੂੰ 4 ਮਹੀਨੇ ਜੇਲ੍ਹ ਕੱਟ ਕੇ ਦਿਖਾਉਣ, ਫਿਰ ਮੇਰੇ 'ਤੇ ਇਲਜ਼ਾਮ ਲਾਉਣਗੇ ਸਮਝੌਤਾ? ਉਹ ਜਿਹੜਾ ਸੁਪਰੀਮ ਕੋਰਟ ਦਾ ਬਣਾਈ ਜਾਂਦੇ ਕੇਸ ਹੈ, ਮੂਰਖਾਂ ਨੂੰ ਪਤਾ ਨਹੀਂ ਗਾ, ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਜਿਹੜੀ ਮੈਂ ਕੁਆਸ਼ਿੰਗ ਪਟੀਸ਼ਨ ਪਾਈ ਆ ਕਿ ਮੇਰਾ ਕੇਸ ਝੂਠਾ ਵਾ, ਪੰਜਾਬ ਸਰਕਾਰ ਨੇ ਕਿਹਾ ਸਾਨੂੰ 4 ਹਫ਼ਤੇ ਦਾ ਟਾਈਮ ਚਾਹੀਦਾ ਜਵਾਬ ਦਾਵਾ ਦੇਣ ਲਈ। ਸਾਡੇ ਵਕੀਲ ਨੇ ਕਿਹਾ ਕਿ ਜੱਜ ਸਾਹਿਬ ਜਦ ਤੱਕ ਇਹ ਜਵਾਬ ਦੇਵਾ ਨਹੀਂ ਦਿੰਦੇ, ਫਾਜ਼ਿਲਕਾ ਦੀ ਅਦਾਲਤ ਦੀ ਪ੍ਰੋਸੀਡਿੰਗ ਰੋਕ ਦਿਓ। ਉਹ ਪ੍ਰੋਸੀਡਿੰਗ ਕੋਰਟ ਨੇ ਰੁਕਵਾਈ ਆ, ਇਹਨਾਂ ਕੋਲ ਬਿਆਨ ਲੈ ਕੇ ਕਿ ਹਾਂ ਜਦ ਤਾਈਂ ਅਸੀਂ ਜਵਾਬ ਦਾਵਾ ਨਹੀਂ ਦਿੰਦੇ,
ਫਾਜ਼ਿਲਕਾ ਵਿੱਚ ਅਦਾਲਤ 'ਚ ਕੇਸਾਂ ਨਹੀਂ ਦੀ ਸੁਣਵਾਈ ਅੱਗੇ ਨਹੀਂ ਚੱਲੇਗੀ, ਇਹ ਕੋਈ ਸੌਦਾ ਹੋ ਗਿਆ ਵਾ। ਉਸ ਤੋਂ ਬਾਅਦ ਹੁਣ ਪਟੀਸ਼ਨ ਸੁਣਨੀ ਮੇਰੀ, ਜੇ ਉਹਨਾਂ ਨੂੰ ਲੱਗਿਆ ਕਿ ਗਲਤ ਪਰਚਾ ਉਹਨਾਂ ਨੇ ਕੁਆਸ਼ ਕਰ ਦੇਣਾ ਵਾ। ਮੇਰਾ ਤਾਂ ਸਾਰੀ ਲੜਾਈ ਅਦਾਲਤ ਵਿੱਚ ਆ, ਉਹ ਐਵੇਂ ਬੋਗਸ ਗੱਲ। ਨਾਲੇ ਅਕਾਲੀ ਕਿਹੜੇ ਨੇ ਇਹ? ਅਕਾਲੀ ਤਾਂ ਪਿੰਡਾਂ 'ਚ ਬੈਠੇ ਨੇ, ਲੀਡਰਸ਼ਿਪ ਤਾਂ ਇਹਨਾਂ ਦੀ ਵਿਕ ਚੁੱਕੀ ਆ ਸਾਰੀ ਪੁਰਾਣੀ, ਉਹ ਤਾਂ ਕੰਪਰੋਮਾਈਜ਼ ਕਰ ਚੁੱਕੀ। ਜਦੋਂ ਨਾਲੇ ਕਹੀ ਜਾਂਦੇ ਵੱਧ ਅਧਿਕਾਰ ਚਾਹੀਦੇ ਪੰਜਾਬ ਨੂੰ, ਸੂਬਿਆਂ ਨੂੰ, ਅਤੇ ਜੰਮੂ ਕਸ਼ਮੀਰ ਦੇ ਦੋ ਟੋਟੇ ਕਰਦੇ, ਅਤੇ ਵੋਟ ਤਾਂ ਇਹਨਾਂ ਨੇ ਬੀਜੇਪੀ ਨੂੰ ਪਾਈ ਹੈਗੀ ਆ। ਕਿਹਨਾਂ ਨੇ ਕੰਪਰੋਮਾਈਜ਼? ਬੀਜੇਪੀ ਨਾਲ, ਸੱਤਾ ਦੇ ਲਾਲਚ ਵਿੱਚ ਦਿੱਲੀ ਦੇ ਤਖ਼ਤ ਦੇ ਨਾਲ ਇਹ ਮਿਲੇ ਹੋਏ ਨੇ। ਇਹਨਾਂ ਨੇ ਤਾਂ ਇਹਨਾਂ ਦਾ ਤਾਂ ਕਿਸਾਨਾਂ ਨੂੰ ਵੀ ਵੱਡੇ ਬਾਦਲ ਤੋਂ ਗਲਤ ਘਵਾ ਦਿੱਤਾ ਸੀਗਾ, ਬਾਅਦ 'ਚ ਅਸਤੀਫਾ ਦਿੱਤਾ ਜਦੋਂ ਪ੍ਰੈਸ਼ਰ ਪੈ ਗਿਆ। ਯੂਨੀਫਾਰਮ ਸਿਵਲ ਕੋਡ ਦਾ ਕਾਨੂੰਨ ਲਾਗੂ ਹੋ ਗਿਆ, ਸਾਰੇ ਧਰਮਾਂ ਦੇ ਹਕੂਕ ਮਾਰੇ ਗਏ ਨੇ ਉੱਤਰਾਖੰਡ 'ਚ, ਕਦੀ ਬੋਲਿਆ ਅਕਾਲੀ ਦਲ? ਪਿੰਡਾਂ ਦੇ ਅਕਾਲੀ ਜੈਨੂਅਨ ਨੇ, ਇੱਦਾਂ ਹੀ ਪਿੰਡਾਂ ਦੇ ਜਿਹੜੇ ਝਾੜੂ ਪਾਰਟੀ ਦੇ ਵਰਕਰ ਨੇ ਉਹ ਜੈਨੂਅਨ ਨੇ, ਲੀਡਰ ਵਿਕ ਚੁੱਕੇ ਨੇ ਉਹਨਾਂ ਦੇ। ਅੱਜ ਇੱਕ ਨਾ ਮੈਂ ਪੋਸਟ ਪੜ੍ਹ ਰਿਹਾ ਸੀ ਸਿਮਰ ਸਿੰਘ ਮਾਨ ਦੀ ਪਾਈ ਹੋਈ ਸੀ, ਉਹ ਕਹਿੰਦੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਹਮਾਇਤ ਲਈ ਮਨੀਸ਼ ਤਿਵਾੜੀ ਦੇ ਲਈ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰਤੀ। ਕਰੀ ਜਾਣ ਜੋ ਮਰਜ਼ੀ ਕਰਨ, ਮੇਰਾ ਇਹਨਾਂ ਨਾਲ ਕੀ ਸਰੋਕਾਰ ਹੈ? ਮੇਰੀ ਲੜਾਈ ਆਹ ਦੇਖ ਲਓ, ਲੋਕ ਮੇਰੇ ਚਿਹਰੇ ਤੋਂ ਪਛਾਣ ਸਕਦੇ ਕਿ ਅਸੀਂ ਪੂਰਾ ਠੋਕ ਵਜਾ ਕੇ ਲੜ ਰਹੇ ਹਾਂ ਬੋਕਰ ਨਾਲ। ਇੱਦਾਂ ਤੁਹਾਨੂੰ ਇੱਦਾਂ ਦੇ ਬਹਾਨੇ, ਜੋ ਮਰਜ਼ੀ ਦਿੱਲੀ 'ਚ ਸਮਝੌਤਾ ਜੀ, ਉੱਧਰ ਸਮਝੌਤਾ, ਉਹਨਾਂ ਨੂੰ ਪਤਾ ਵਾ ਕਿ ਲੜਾਈ ਫੁੱਲ ਠੋਕ ਕੇ ਦੇ ਰਹੇ ਨੇ ਅਸੀਂ। ਇਸ ਕਰਕੇ ਤਾਂ ਕਹਿ ਰਹੇ ਹਿਡਨ ਸਮਝੌਤਾ ਹੈ, ਕਿੱਦਾਂ ਸਮਝੌਤਾ ਹੋ ਸਕਦਾ? ਅੱਛਾ ਤੂੰ ਦੱਸ ਮੈਨੂੰ, ਫਰਜ਼ ਕਰੋ ਭਗਵੰਤ ਮਾਨ ਦੀ ਇੱਥੋਂ ਜ਼ਮਾਨਤ ਜ਼ਬਤ ਹੋ ਜਾਂਦੀ, ਇਹ ਸਮਝੌਤਾ ਕਾਹਦਾ ਹੋਇਆ ਜੀ ਉਹਨਾਂ ਦਾ? ਉਹਦੇ ਪੱਲੇ ਕੀ ਰਹਿ ਜੂਗਾ? ਉਹ ਮੁੱਖ ਮੰਤਰੀ ਡੰਮੀ ਰਹਿ ਜੂਗਾ, ਉਹਨੂੰ ਬਦਲ ਦੇਣਗੇ? ਕੌਣ ਸਮਝੌਤਾ ਇੱਦਾਂ ਦਾ ਕਰਦਾ ਵੇ? ਜਾਂ ਤਾਂ ਹੁੰਦਾ ਨਾ ਕਿ ਬਿਲਕੁਲ ਹੀ ਕੋਈ ਐਵੇਂ ਕਾਂਗਰਸ ਬੰਦਾ ਹੀ ਨਹੀਂ ਖੜਾ ਕਰਦੀ ਇਹਨਾਂ ਦੇ ਖਿਲਾਫ਼, ਫਿਰ ਤਾਂ ਸਮਝੌਤਾ ਮੰਨਦੇ। ਇੱਦਾਂ ਕਿੱਦਾਂ ਸਮਝੌਤਾ? ਉਹ ਸ਼ਰੇਆਮ ਤਾਂ ਲੜ ਰਹੇ ਸੀ ਇਹਨਾਂ ਦਾ, ਉਹ ਕਹਿੰਦੇ ਮਾੜੀ ਕੈਂਡੀਡੇਟ ਖੜੇ ਕਰ ਰਹੇ ਨੇ ਵੀ ਵਿੱਚ ਵਿੱਚ। ਉਹਨਾਂ ਨੂੰ ਜੇ ਖੈਰਾ ਮਾੜਾ ਖੜਾ ਮਾੜਾ ਕੈਂਡੀਡੇਟ ਲੱਗਦਾ ਤਾਂ ਖੁਸ਼ ਹੋਣਾ ਚਾਹੀਦਾ ਉਹਨਾਂ ਨੂੰ। ਕਹਿੰਦੇ ਲੋਕਾਂ ਦਾ ਧਿਆਨ ਇੱਧਰ ਲਈ ਲੈ ਕੇ ਜਾਣਾ ਸੀ ਤਾਂ ਕਰਕੇ ਖੈਰਾ ਸਾਹਿਬ ਨੂੰ ਉਮੀਦਵਾਰ ਬੁਲਾਉਣਾ। ਉਹਨਾਂ ਨੇ ਕੀ ਕਹਿਣਾ? ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਆਪਣੀ ਲੜਾਈ ਲੜਨੀ ਆ, ਪੰਜਾਬ ਦੇ ਮੁੱਦੇ ਚੱਕਣੇ ਆ, ਪੰਜਾਬ ਦੇ ਪਾਣੀਆਂ ਦੀ ਲੋਕ ਸਭਾ 'ਚ ਗੱਲ ਕਰਨੀ ਆ, ਪੰਜਾਬ ਨਾਲ ਹੋਏ ਅਨਿਆਏ ਦੀ ਗੱਲ ਕਰਨੀ ਆ, ਪੰਜਾਬ 'ਤੇ ਚੜ੍ਹੇ 3.25 ਲੱਖ ਕਰੋੜ ਦੇ ਕਰਜ਼ੇ ਦੀ ਗੱਲ ਕਰਨੀ ਆ। ਖੈਰਾ ਸਾਹਿਬ ਸਵਾਲ ਲਾਸਟ, ਕਿਹਦਾ ਮੁਕਾਬਲਾ ਮੰਨ ਦਿਓ ਇੱਥੇ? ਮੈਨੂੰ ਜਿਹੜੀ ਹਾਲੇ ਤੱਕ ਫੀਡਬੈਕ ਲੱਗਦੀ, ਮੈਨੂੰ ਆਮ ਆਦਮੀ ਪਾਰਟੀ ਦਾ ਬਹੁਤ ਬੁਰੀ ਤਰ੍ਹਾਂ ਗ੍ਰਾਫ ਡਿੱਗਿਆ ਹੋਇਆ, ਐਂ ਲੱਗਦਾ ਕਿ ਇਹ ਤਾਂ ਲੜਾਈ 'ਚ ਹੈ ਨਹੀਂ ਕਿ ਹੁਣ ਕੌਣ ਲੜਾਈ 'ਚ ਚੰਦ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੱਸ ਸਕੂਗਾ। ਧੰਨਵਾਦ ਜੀ, ਜੁੜੇ ਰਹੋ ਲੋਕ ਰਾਏ ਟੀਵੀ ਦੇ ਨਾਲ। ਧੰਨਵਾਦ।